ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, PSSSB ਜਿਸਦਾ ਜਿਹੜੇ ਕਿ ਕਾਉਂਸਲਿੰਗ 3 ਤਰੀਕ ਪਹਿਲਾ ਮਹੀਨਾ 2019 ਤੱਕ ਹੋ ਚੁੱਕੀ ਹੈ ਦੋਸਤੋ, ਉਸ ਦੇ ਬਾਰੇ ਦੇ ਵਿੱਚ ਅੱਜ ਮੈਂ ਤੁਹਾਨੂੰ ਕੁਝ ਦੱਸਣ ਜਾ ਰਿਹਾ ਕਿ ਜਿਹੜੀ ਇਹ ਕਾਉਂਸਲਿੰਗ ਹੋਈ ਹੈ, ਇਸ ਤੋਂ ਬਾਅਦ ਇਸਦਾ ਜਿਹੜਾ ਫਾਈਨਲ ਰਿਜ਼ਲਟ ਹੈ, ਮਤਲਬ ਫਾਈਨਲ ਲਿਸਟ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਜੁਆਇਨਿੰਗ ਇਸਦੀ ਕਦੋਂ ਤੱਕ ਹੋ ਸਕਦੀ ਹੈ ਦੋਸਤੋ। ਦੋਸਤੋ, ਬਸ ਸਭ ਤੋਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਕਿ ਇਹ ਪ੍ਰੋਸੈਸ ਕਿਹੜੇ ਕਿਹੜੇ ਸਟੈਪਾਂ ਦੇ ਨਾਲ ਅੱਗੇ ਵਧੇਗਾ, ਮਤਲਬ ਕਿ ਹੁਣ ਇਸ ਤੋਂ ਬਾਅਦ ਕੀ ਹੋਵੇਗਾ, ਉਸ ਤੋਂ ਬਾਅਦ ਕੀ ਹੋਵੇਗਾ। ਦੋਸਤੋ, ਹੁਣ ਤੱਕ ਇਸਦਾ ਸਭ ਤੋਂ ਪਹਿਲਾਂ ਰਿਟਨ ਐਗਜ਼ਾਮ ਹੋਇਆ ਸੀਗਾ, ਫਿਰ ਉਸ ਤੋਂ ਬਾਅਦ ਇਸਦਾ ਰਿਜ਼ਲਟ ਆਇਆ ਸੀਗਾ ਰਿਟਨ ਐਗਜ਼ਾਮ ਦਾ, ਅਤੇ ਉਸ ਤੋਂ ਬਾਅਦ ਜਿਹੜੇ 33 ਨੰਬਰਾਂ ਤੋਂ ਉੱਪਰ ਵਾਲੇ ਸੀਗੇ ਉਹਨਾਂ ਦਾ ਟਾਈਪਿੰਗ ਟੈਸਟ ਹੋਇਆ ਸੀਗਾ, ਅਤੇ ਉਹ ਟਾਈਪਿੰਗ ਟੈਸਟ ਦੇ ਵਿੱਚ ਲਗਭਗ 4300 ਦੇ ਆਸ ਪਾਸ ਜਿਹੜੇ ਵੀ ਕੈਂਡੀਡੇਟਸ ਪਾਸ ਹੋਏ ਸਨ ਉਹਨਾਂ ਦੇ ਬਾਰੇ ਦੇ ਵਿੱਚ ਰਿਜ਼ਲਟ ਆਇਆ ਸੀਗਾ, ਮਤਲਬ ਉਹਨਾਂ ਦੀ ਰੈਂਕ ਆਈ ਸੀਗੀ। ਉਸ ਤੋਂ ਬਾਅਦ ਉਹਨਾਂ ਨੂੰ ਕਾਉਂਸਲਿੰਗ ਦੇ ਵਿੱਚ ਬੁਲਾਇਆ ਗਿਆ ਸੀਗਾ। ਦੋਸਤੋ, ਹੁਣ ਤੱਕ ਇਹ ਪ੍ਰੋਸੈਸ ਹੋ ਚੁੱਕਿਆ, ਹੁਣ ਇਸ ਤੋਂ ਬਾਅਦ ਜਿਹੜੇ ਕੈਂਡੀਡੇਟਸ ਕਾਉਂਸਲਿੰਗ ਦੇ ਟਾਈਮ ਨਹੀਂ ਆਏ, ਜਿਹੜੀ ਕਾਉਂਸਲਿੰਗ 3 ਤਰੀਕ ਪਹਿਲਾ ਮਹੀਨਾ 2019 ਤੱਕ ਹੋਈ ਹੈ, ਉਸ ਤੱਕ ਜਿਹੜੇ ਇਸ ਕਾਉਂਸਲਿੰਗ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਸਭ ਤੋਂ ਪਹਿਲਾਂ ਕਾਉਂਸਲਿੰਗ ਦਾ ਮੌਕਾ ਇੱਕ ਹੋਰ ਦਿੱਤਾ ਜਾਵੇਗਾ ਦੋਸਤੋ। ਅਤੇ ਉਸ ਤੋਂ ਬਾਅਦ ਜਿਹੜਾ ਕਿ ਆਪਣਾ ਕਾਉਂਸਲਿੰਗ, ਜਿਹੜੀ ਕਿ ਮਤਲਬ ਜਿਹੜੇ ਅੰਗਹੀਣ ਜਾਂ ਫਿਰ ਆਪਾਂ ਹੈਂਡੀਕੈਪ ਕਹਿ ਸਕਦੇ ਹਾਂ, ਜਿਨ੍ਹਾਂ ਦਾ ਟਾਈਪਿੰਗ ਟੈਸਟ ਨਹੀਂ ਹੋਇਆ ਸੀਗਾ, ਉਹਨਾਂ ਦੀ ਕਾਉਂਸਲਿੰਗ ਡੇਟ ਵੀ ਹਜੇ ਆਉਣੀ ਹੈ ਦੋਸਤੋ, ਉਹਨਾਂ ਦੀ ਹਜੇ ਕਾਉਂਸਲਿੰਗ ਨਹੀਂ ਹੋਈ, ਤਾਂ ਉਹਨਾਂ ਦੀ ਕਾਉਂਸਲਿੰਗ ਵੀ ਹਜੇ ਹੋਣੀ ਹੈ। ਅਤੇ ਜਿਹੜੀ ਕਾਉਂਸਲਿੰਗ ਦੇ ਵਿੱਚ ਨਹੀਂ ਆਏ ਸਨ ਉਹ, ਅਤੇ ਜਿਹੜੇ ਅੰਗਹੀਣ ਜਾਂ ਹੈਂਡੀਕੈਪ ਦੀ ਕਾਉਂਸਲਿੰਗ, ਉਹਨਾਂ ਦੋਹਾਂ ਦੀ ਕਾਉਂਸਲਿੰਗ ਹਜੇ ਹੋਵੇਗੀ। ਅਤੇ ਉਸ ਤੋਂ ਬਾਅਦ ਇੱਕ ਫਾਈਨਲ ਐਲੀਜੀਬਿਲਟੀ ਲਿਸਟ ਨਿਕਲੇਗੀ, ਜਿਸ ਦੇ ਵਿੱਚ ਇਹ ਦੱਸਿਆ ਜਾਵੇਗਾ ਕਿ ਕਿਹੜੇ ਕਿਹੜੇ ਕੈਂਡੀਡੇਟਸ ਦੇ ਡਾਕੂਮੈਂਟਸ ਸਹੀ ਪਾਏ ਗਏ ਹਨ, ਅਤੇ ਉਸ ਦੇ ਮੁਤਾਬਿਕ ਦੁਬਾਰਾ ਰੈਂਕ ਬਣੇਗੀ ਦੋਸਤੋ। ਠੀਕ ਹੈ ਦੋਸਤੋ, ਅਤੇ ਜਿਹੜੀ ਉਹ ਰੈਂਕ ਬਣੇਗੀ, ਉਸ ਤੋਂ ਬਾਅਦ ਜਿਹੜਾ ਆਪਣਾ ਮੈਡੀਕਲ ਕਹਿ ਸਕਦੇ ਹਾਂ, ਜਾਂ ਮੈਡੀਕਲ ਤਾਂ ਉਸ ਤੋਂ ਬਾਅਦ ਦੇ ਵਿੱਚ ਹੋਵੇਗਾ, ਸਭ ਤੋਂ ਪਹਿਲਾਂ ਜਿਹੜੀ ਕਿ ਲਿਸਟ ਬਣੇਗੀ ਉਸ ਦੇ ਵਿੱਚ ਸਾਰੇ ਕੈਂਡੀਡੇਟਸ ਨੂੰ, ਉਸ ਤੋਂ ਬਾਅਦ ਡਿਪਾਰਟਮੈਂਟ ਲਿਸਟ ਆਵੇਗੀ, ਅਤੇ ਡਿਪਾਰਟਮੈਂਟ ਲਿਸਟ ਆਉਣ ਤੋਂ ਬਾਅਦ ਜਿਹੜੇ ਡਿਪਾਰਟਮੈਂਟ ਦੇ ਵਿੱਚ ਕਿਸੇ ਕੈਂਡੀਡੇਟ ਨੂੰ ਪਾਇਆ ਗਿਆ ਤਾਂ ਉਹ ਕੈਂਡੀਡੇਟ ਨੂੰ ਉਹ ਡਿਪਾਰਟਮੈਂਟ ਬੁਲਾਵੇਗਾ ਆਪਣੇ ਮੈਡੀਕਲ ਕਰਵਾਉਣ ਦੇ ਲਈ। ਠੀਕ ਹੈ ਦੋਸਤੋ, ਅਤੇ ਉਸ ਤੋਂ ਬਾਅਦ ਉਹ ਜਿਹੜੇ ਮੈਡੀਕਲ ਕਰਨ ਤੋਂ ਬਾਅਦ ਜਿਹੜੇ ਵੀ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਆਫਿਸ ਹੋਣਗੇ, ਮਤਲਬ ਕਿ ਕਿੱਥੇ ਉਹਨਾਂ ਨੂੰ ਲਾਇਆ ਜਾ ਰਿਹਾ ਹੈ, ਉਸ ਦੇ ਬਾਰੇ ਦੇ ਵਿੱਚ ਲਿਸਟ ਆਵੇਗੀ, ਅਤੇ ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਵੇਗਾ। ਅਤੇ ਦੋਸਤੋ, ਇਹ ਜਿਹੜਾ ਪ੍ਰੋਸੈਸ ਸਾਰੇ ਦਾ ਸਾਰਾ ਮੈਂ ਤੁਹਾਨੂੰ ਦੱਸਿਆ, ਇਹ ਲਗਭਗ ਘੱਟੋ ਘੱਟ 2 ਮਹੀਨੇ ਜ਼ਰੂਰ ਲੱਗਣਗੇ ਦੋਸਤੋ, ਅਤੇ ਵੱਧ ਤੋਂ ਵੱਧ ਤਾਂ ਆਪਾਂ ਇਸ ਦੇ ਬਾਰੇ ਵਿੱਚ ਕੁਝ ਕਹਿ ਹੀ ਨਹੀਂ ਸਕਦੇ, ਮਤਲਬ ਕਿ ਘੱਟੋ ਘੱਟ 2 ਮਹੀਨੇ ਤਾਂ ਇਸ ਦੀ ਜੁਆਇਨਿੰਗ ਨਹੀਂ ਹੋ ਸਕਦੀ। ਠੀਕ ਹੈ ਦੋਸਤੋ, ਅਤੇ ਦੋਸਤੋ ਮੈਂ ਆਸ ਕਰਦਾ ਕਿ ਤੁਹਾਨੂੰ ਆਪਣੀ ਵੀਡੀਓਜ਼ ਪਸੰਦ ਆਉਂਦੀਆਂ ਹਨ, ਅਤੇ ਮੈਂ ਹੁਣ ਕਾਫੀ ਦੇਰ ਬਾਅਦ ਇਹ ਵੀਡੀਓ ਬਣਾਈ ਹੈ। ਅਤੇ ਦੋਸਤੋ, ਹੁਣ ਇਸ ਦੇ ਬਾਰੇ ਦੇ ਵਿੱਚ ਜਿਹੜੀ ਡਿਪਾਰਟਮੈਂਟਾਂ ਦੀ ਲਿਸਟ ਹੈਗੀ,
ਉਹ ਮੈਂ ਤਾਂ ਹੁਣ ਇੱਕ ਥੋੜ੍ਹਾ ਮੋਟਾ ਜਿੰਨਾ ਹਜੇ ਤੱਕ ਮੈਨੂੰ ਪਤਾ ਲੱਗ ਚੁੱਕਿਆ, ਕਿਉਂਕਿ ਮੈਂ ਹੁਣ ਜਿਹੜੇ ਆਪਣੇ ਮੇਰੇ ਕਈ ਦੋਸਤ ਹਨ ਜਿਹੜੇ ਕਿ ਇਸ ਇਹਨਾਂ ਦੇ ਵਿੱਚ ਲੱਗੇ ਹੋਏ ਹਨ, ਜਿਵੇਂ ਕਿ ਐਕਸਾਈਜ਼, ਇਰੀਗੇਸ਼ਨ ਡਿਪਾਰਟਮੈਂਟ, PWD, ਇਹਨਾਂ ਦੇ ਵਿੱਚ ਮੇਰੇ ਦੋਸਤ ਲੱਗੇ ਹੋਏ ਹਨ। ਮੈਂ ਉਹਨਾਂ ਦੇ ਨਾਲ ਹਜੇ ਤੱਕ ਜਿੰਨਾ ਵੀ ਤਾਲਮੇਲ ਕਰ ਸਕਿਆ ਮੈਂ ਉਹ ਕੀਤਾ ਹੈ। ਅਤੇ ਇੱਕ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਵੀ ਦੋ ਜਣੇ ਲੱਗੇ ਹੋਏ ਹਨ। ਅਤੇ ਉਸ ਤੋਂ ਬਿਨਾਂ ਜਿਹੜਾ ਇੱਕ ਆਪਣਾ ਚੰਡੀਗੜ੍ਹ ਸੈਕਟਰੀਏਟ ਦਾ ਸੈਕਰੇਟਰੀ ਸੀਗਾ, ਫਾਰਮਰ ਸੈਕਰੇਟਰੀ ਸਾਬਕਾ ਦੋਸਤੋ, ਉਹਨਾਂ ਦੇ ਨਾਲ ਵੀ ਮੈਂ ਇਸ ਬਾਰੇ ਗੱਲ ਕੀਤੀ ਸੀਗੀ। ਅਤੇ ਸਾਰਿਆਂ ਦੇ ਨਾਲ ਬਾਤ ਕਰਨ ਤੋਂ ਬਾਅਦ ਜਿਹੜੇ ਜਿਹੜੇ ਡਿਪਾਰਟਮੈਂਟ ਹੁਣ ਤੱਕ ਆਪਾਂ ਨੂੰ ਪਤਾ ਲੱਗ ਸਕੇ ਹਨ, ਉਹਨਾਂ ਦੇ ਵਿੱਚ ਜਿਹੜਾ PWD ਹੈ, ਉਹਨਾਂ ਦੇ ਜਿਹੜਾ PWD ਹੈ ਉਸ ਦੇ ਵਿੱਚ ਵਾਟਰ ਐਂਡ ਸੈਨੀਟੇਸ਼ਨ ਵੀ ਹੁੰਦਾ, B&R ਵੀ ਹੁੰਦਾ ਦੋਸਤੋ, ਇਹਦੇ ਵਿੱਚ ਇੱਕ ਹੋਰ ਵੀ ਹੁੰਦਾ, ਮਤਲਬ ਇਹ ਜਿਹੜੇ PWD ਦੇ ਵਿੱਚ ਇਸ ਵਾਰ ਸਿਰਫ B&R ਦੀਆਂ ਹੀ ਪੋਸਟਾਂ ਹਨ। ਅਤੇ PWD ਤੋਂ ਬਿਨਾਂ ਫੂਡ ਸਪਲਾਈ, ਐਕਸਾਈਜ਼ ਅਤੇ ਕੋਆਪਰੇਟਿਵ ਇੰਸਪੈਕਟਰ ਦੋਸਤੋ, ਇਹਨਾਂ ਦੇ ਵਿੱਚ ਪੋਸਟਾਂ ਨਾਂ ਦੇ ਬਰਾਬਰ ਹੀ ਹਨ। ਮਤਲਬ ਕਿ ਕਈ ਕਹਿੰਦੇ ਹਨ ਕਿ ਇਹਨਾਂ ਦੇ ਵਿੱਚ ਦੋ ਚਾਰ ਪੋਸਟਾਂ ਹਨ, ਕਿ ਕਹਿੰਦੇ ਹਨ ਇਹਨਾਂ ਦੇ ਵਿੱਚ ਪੋਸਟ ਨਹੀਂ ਹੈ, ਮਤਲਬ ਇਹਨਾਂ ਦੇ ਵਿੱਚ ਨਾਂ ਦੇ ਬਰਾਬਰ ਹੀ ਪੋਸਟਾਂ ਹਨ। ਅਤੇ DC ਆਫਿਸ ਦੇ ਵਿੱਚ ਮਿਲ ਸਕਦੀ ਹੈ ਦੋਸਤੋ, DC ਆਫਿਸ ਦੇ ਵਿੱਚ ਵਧੀਆ ਪੋਸਟਾਂ ਹਨ। ਅਤੇ ਆਪਾਂ ਨੂੰ ਮਤਲਬ ਕਿ DC ਆਫਿਸ ਨੂੰ ਤਾਂ ਤਰਜੀਹ ਦੇਣੀ ਚਾਹੀਦੀ ਹੈ ਜੇਕਰ ਤੁਸੀਂ ਆਪਦੇ ਨੇੜੇ ਦਾ ਮਤਲਬ ਨੇੜੇ ਚਾਹੁੰਦੇ ਹੋ ਪੋਸਟਿੰਗ। ਅਤੇ ਦੋਸਤੋ ਇਸ ਤੋਂ ਬਿਨਾਂ ਜਿਹੜੇ ਹੋਰ ਡਿਪਾਰਟਮੈਂਟ ਹਨ, ਜਿਵੇਂ ਕਿ ਹੈਲਥ ਦਾ ਵੀ ਡਿਪਾਰਟਮੈਂਟ ਇਸ ਵਾਰ ਦੋਸਤੋ ਹੈ ਨਹੀਂ, ਅਤੇ ਆਯੁਰਵੈਦਾ, ਭਾਸ਼ਾ ਵਿਭਾਗ, ਇਹ ਡਿਪਾਰਟਮੈਂਟ ਵੀ ਹਨ, ਪਰ ਇਹਨਾਂ ਦੇ ਵਿੱਚ ਪੋਸਟਾਂ ਕਾਫੀ ਘੱਟ ਹਨ। PWD ਦੇ ਵਿੱਚ ਹਨ ਪੋਸਟਾਂ ਲਗਭਗ 200-300 ਦੇ ਕਰੀਬ ਹਨ, ਇਸ ਤੋਂ ਉੱਪਰ ਵੀ ਹੋ ਸਕਦਾ, ਨੀਚੇ ਵੀ ਹੋ ਸਕਦਾ, ਮਤਲਬ ਕਿ ਇਸ ਦੇ ਵਿੱਚ ਪੋਸਟਾਂ ਹਨ। ਠੀਕ ਹੈ ਦੋਸਤੋ, ਅਤੇ ਦੋਸਤੋ ਬਾਕੀ ਇਹਨਾਂ ਦੇ ਬਾਰੇ ਦੇ ਵਿੱਚ ਮੈਨੂੰ ਜੋ ਵੀ ਕੁਝ ਹੁਣ ਪਤਾ ਲੱਗਿਆ ਤਾਂ ਮੈਂ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ, ਅਤੇ ਕਿ ਸਾਰੇ ਤੋਂ ਸਾਰੇ ਡਾਟਾ ਤੁਹਾਡੇ ਤੱਕ ਵੀਡੀਓਜ਼ ਦੇ ਜ਼ਰੀਏ ਪਹੁੰਚਾਇਆ ਜਾ ਸਕੇ ਦੋਸਤੋ। ਸੋ ਮੈਂ ਆਸ ਕਰਦਾ ਕਿ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਵੇਗੀ, ਅਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਦੇ ਲਾਈਕ ਜ਼ਰੂਰ ਕਰ ਦੇਣਾ, ਅਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲੈਣਾ ਦੋਸਤੋ। ਸੋ ਸਤਿ ਸ਼੍ਰੀ ਅਕਾਲ ਦੋਸਤੋ।